ਛੁੱਟੀ 'ਤੇ ਆਏ BSF ਦੇ ਜਵਾਨ ਦੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਰੋਟੀ ਵਿੱਚ ਮਿਲਾ ਦਿੱਤਾ ਜ਼ਹਿਰ। ਪਤਨੀ ਗਈ ਜੇਲ੍ਹ ਅਤੇ ਪ੍ਰੇਮੀ ਭਰਾ। ਅੱਜ ਦੇ ਸਮੇਂ ਵਿੱਚ ਇਨਸਾਨ ਕਿਸੇ 'ਤੇ ਵੀ ਯਕੀਨ ਨਹੀਂ ਕਰ ਸਕਦਾ, ਚਾਹੇ ਉਸਦੇ ਨਾਲ ਜਨਮ ਮਰਨ ਦੀਆਂ ਕਸਮਾਂ ਖਾਧੀਆਂ ਹੋਣ। ਇੱਦਾਂ ਦਾ ਹੀ ਇੱਕ ਮਾਮਲਾ ਬੰਮਿਆਲ ਸੈਕਟਰ ਦੇ ਵਿੱਚ ਪੈਂਦੇ ਪਿੰਡ ਪਲਾਹ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਇੱਕ BSF ਦਾ ਜਵਾਨ ਛੁੱਟੀ ਅਤੇ ਆਪਣੇ ਘਰ ਆਇਆ ਹੋਇਆ ਸੀ, ਜਿਸ ਦੀ ਅਚਾਨਕ ਤਬੀਅਤ ਵਿਗੜ ਜਾਂਦੀ ਹੈ ਅਤੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਉਂਦੇ ਨੇ, ਜਿੱਥੇ ਇਹ ਖੁਲਾਸਾ ਹੋਇਆ ਕਿ ਉਸ ਨੂੰ ਖਾਣੇ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸਾਰਾ ਮਾਮਲਾ ਖੁੱਲ੍ਹ ਕੇ ਸਾਹਮਣੇ ਆ ਗਿਆ। ਨੌਜਵਾਨ ਨੂੰ ਉਸ ਦੀ ਪਤਨੀ ਨੇ ਖਾਣੇ ਵਿੱਚ ਜ਼ਹਿਰੀਲਾ ਪਦਾਰਥ ਦਿੱਤਾ ਸੀ, ਕਿਉਂਕਿ ਉਸ ਦਾ ਪਿੰਡ ਦੇ ਹੀ ਇੱਕ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਇਸ ਨੂੰ ਲੈ ਕੇ ਪੀੜਿਤ ਆਪਣੀ ਪਤਨੀ ਨੂੰ ਰੋਕਦਾ ਵੀ ਸੀ ਅਤੇ ਉਸ ਦੀ ਪਤਨੀ ਨੇ ਇਸ ਕਿੱਸੇ ਨੂੰ ਖਤਮ ਕਰਨ ਦੇ ਲਈ ਆਪਣੇ ਹੀ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਜ਼ਹਿਰ ਦੇ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ। ਫਿਲਹਾਲ BSF ਦੇ ਇਸ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਹੇ ਨੇ। ਆਓ ਇਸ ਦੇ ਸੰਬੰਧ ਵਿੱਚ BSF ਨੌਜਵਾਨ ਦੇ ਮਾਤਾ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਬਟਾਲਾ ਤੋਂ ਲਵਪ੍ਰੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਦੇਖਦੇ ਰਹੋ ਨਿਊਜ਼ ਪੰਜਾਬੀ ਚੈਨਲ। ਜੇਕਰ ਚੈਨਲ 'ਤੇ ਨਵੇਂ ਆਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ ਨਵੀਆਂ ਖਬਰਾਂ ਮਿਲਦੀਆਂ ਰਹਿਣ। ਧੰਨਵਾਦ। ਮਾਤਾ ਕੀ ਨਾਂ ਜੀ ਆਪਣਾ? ਬਚਨੋ ਦੇਵੀ। ਕਿਹੜਾ ਪਿੰਡ ਮਾਤਾ? ਪਲਾਹ ਜੀ। ਮਾਤਾ ਕੀ ਗੱਲਬਾਤ ਹੋਈ ਹੈ ਮੁੰਡੇ ਨਾਲ? ਗੱਲਬਾਤ ਕੀ ਹੋਈ ਹੈ, ਮੁੰਡਾ ਮੇਰਾ ਬਾਹਰ ਸਰਵਿਸ ਕਰਦਾ ਹਾਂ ਇਹਦੇ 'ਚ BSF 'ਚ, ਅਤੇ ਉਹਦੇ ਘਰ ਦੀ ਵਿਆਹੀ ਗਈ, ਜਿਹੜਾ ਸ਼ਾਦੀ ਹੋਈ ਗਈ, ਅਤੇ ਉਹਦੀ ਜਿਹੜੀ ਘਰ ਦੀ ਸੀ ਨਾ ਉਹ ਕੁਛ ਲੜਦੀ ਰਹੀ, ਉਹਦੇ ਨਾਲ ਪਿਆਰ ਨਹੀਂ ਕਰਦੀ ਰਹੀ, ਅਤੇ ਜਦੋਂ ਉਹ ਬੜਾ ਕਰਦਾ ਸੀ, ਜਦੋਂ ਫਿਰ ਉਹ ਅਸੀਂ ਕੁਛ ਉਹ ਗਲਤ 'ਚ ਰਸਤੇ 'ਚ ਚੱਲ ਪਈ, ਅਤੇ ਮੇਰੇ ਮੁੰਡੇ ਗਈ ਥੋੜ੍ਹਾ ਪਿੰਡ ਦਾ ਮੁੰਡਾ ਸੀ ਅਤੇ ਉਹਦੇ ਨਾਲ ਚੱਕਰੀ ਸੀ ਉਹਦਾ, ਅਤੇ ਮੇਰੇ ਪੁੱਤਰ ਗਈ ਪਤਾ ਨਹੀਂ ਕੀ ਗੱਲ ਹੋਈ, ਇਹਦੇ ਅੰਦਰ ਕਿਰਚੋ ਕਿਰਚੀ ਲੱਗੀ ਰਸੋਈ 'ਚ ਗਈ ਹੈ, ਉਹਨੂੰ ਮੈਂ ਕਿਹਾ ਮਾਂ ਤੁਸੀਂ ਲੜੋ ਨਹੀਂ, ਤੁਸੀਂ ਬਾਹਰ ਜਾਓ, ਤੁਹਾਡੇ ਡੈਡ ਨੇ ਪਾਣੀ ਲਾਇਆ ਦਾ, ਬਾਹਰ ਜਾਓ ਤੁਸੀਂ ਅਤੇ ਜਾਓ ਤੁਸੀਂ ਨਿਕਲ ਜਾਓ ਇੱਥੋਂ ਦਾ, ਤੁਸੀਂ ਖਿੰਝੋ ਨਹੀਂ ਮਾਂ। ਉਹ ਬਾਹਰ ਚੱਲ ਗਿਆ, ਫਿਰ ਉਹ ਥੋੜ੍ਹੇ ਟਾਈਮ ਬਾਅਦ ਕੋਈ ਆ ਗਿਆ ਅਤੇ ਆਏ ਅਤੇ ਆਈਏ ਅਤੇ ਫਿਰ ਉਹ ਇਹਨੇ ਰੋਟੀ ਪਾਈ ਦਿੱਤੀ ਸੀ, ਰੋਟੀ ਪਾਈ ਤੀ ਅਤੇ ਰੋਟੀ ਪਾਈ ਹੈ ਅਤੇ ਵਿੱਚ ਪਤਾ ਨਹੀਂ ਇਹਨੇ ਕੀ ਪਾਈ ਤਾ ਹੈ, ਅਤੇ ਰੋਟੀ ਪਾਈ ਹੈ ਜਿਹੇ ਲੈ ਉਸੀ ਦਿੱਤੀ ਹੈ, ਅਤੇ ਥੋੜ੍ਹੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਅਤੇ ਇਹ ਨਠੀ ਹੈ, ਇਹ ਨਠੀ ਹੈ, ਅਤੇ ਬੱਚਾ ਮੇਰਾ ਲੇਟੇਰ ਹੋ ਗਿਆ, ਸਾਡੇ ਬੱਚਾ ਮੇਰਾ ਮੇਰਾ ਬੱਚਾ ਬਚ ਗਿਆ, ਮੇਰਾ ਸਭ ਕੁਛ ਠੀਕ ਠਾਕ। ਜ਼ਹਿਰੀਲੀ ਵੀ ਹਾਂ, ਜ਼ਹਿਰੀਲੀ ਪਾਈ ਦਿੱਤੀ, ਜਿਹੜਾ ਮੇਰਾ ਬੱਚਾ ਉਸ ਥੱਲੇ ਲੇਟੇਰ ਹੋ ਗਿਆ, ਇਹ ਉਹਨੂੰ ਖਿਲਾ ਕੇ ਖਾਣਾ ਫਟੋਫਟ ਦੌੜ ਗਈ ਭੱਜ ਗਈ ਬਾਹਰ ਨੂੰ। ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੇਂਟ ਵੀ ਦਿੱਤੀ ਹੈ ਥਾਣੇ? ਹਾਂ ਲਈਏ। ਕੀ ਮੰਗ ਕਰਦੇ ਹੋ ਤੁਸੀਂ? ਅਸ ਮੰਗ ਇਹ ਕਰਨੇ ਆ ਕਿ ਸਾਨੂੰ ਇਨਸਾਫ ਚਾਹੀਦਾ, ਜੋ ਵੀ ਮੁੰਡਾ ਜਿਹੜਾ ਸੀਗਾ ਉਸੀ ਪੂਰੀ ਸਜ਼ਾ ਹੋਣੀ ਚਾਹੀਦੀ ਹੈ, ਜਿਹਨੇ ਮੇਰੇ ਬੱਚੇ ਕੋਲ ਇੰਨਾ ਵੱਡਾ ਧੋਖਾ ਕੀਤਾ, ਮੇਰੇ ਘਰ ਦੀ ਬਰਬਾਦੀ ਕੀਤੀ। ਕਿੰਨੇ ਬੱਚੇ ਨੇ ਮਾਤਾ ਬੇਟੇ ਦੇ? ਬੇਟੇ ਦੇ ਇੱਕ ਬੇਟੀ ਇੱਕ ਬੱਚਾ, ਇੱਕ ਕਾਕਾ ਇੱਕ ਗੁੜੀਆ ਹੈ ਇੱਕ ਲੜਕਾ ਹੈ। ਕਿੰਨੇ ਸਾਲ ਦੇ ਹੈਗੇ? ਲੜਕਾ ਹੁਣ 7ਵਾਂ ਸਾਲ ਚੜ੍ਹਿਆ ਸੀ ਅਤੇ ਜਿਹੜੀ ਲੜਕੀ ਹੈ ਅਸੀਂ 5ਵਾਂ ਲੱਗੇ ਦਾ।
ਪਿੰਡ ਪਲਾਹ ਦਾ ਅਸ਼ਵਨੀ ਕੁਮਾਰ ਆ ਜੋ BSF 'ਚ ਨੌਕਰੀ ਕਰਦਾ, ਉਹਦਾ ਪਤਲਾ ਮਿਲੀ ਵੀ ਉਹਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਅਤੇ ਕੋਈ ਜ਼ਹਿਰੀਲੀ ਦਵਾਈ ਦੇ ਦਿੱਤੀ ਹੈ ਖਾਣੇ 'ਚ ਮਰਾ ਕੇ। ਉਹਦੇ ਬਿਆਨਾਂ 'ਤੇ ਅਸੀਂ ਮੁਕੱਦਮਾ ਨੰਬਰ 40 ਮਿਤੀ 8/7/24 ਬੰਦੀਆਂ ਧਰਾਵਾਂ ਤਹਿਤ ਅਸੀਂ ਦਰਜ ਕਰ ਲਿਆ, ਜਿਹਦੇ ਵਿੱਚ ਇਹਦੀ ਪਤਨੀ ਹੈ ਜਿਹੜੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਮੁਕੱਦਮੇ 'ਚ, ਅਤੇ ਜਿਹੜਾ ਦੋਸ਼ੀ ਹੈ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸਰ ਅਸ਼ਵਨੀ ਦੀ ਕੀ ਕੰਡੀਸ਼ਨ ਹੈ? ਅਸ਼ਵਨੀ ਠੀਕ ਆ। ਨਾਲ ਹੀ ਆ ਉੱਥੇ ਵੀ ਤ੍ਰੀਏ ਦਿਨ ਸਿਰ ਪਾੜਦੀ ਹੈ ਬੰਦੇ।